ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਢਿੱਲੋਂ ਫਾਰਮ ਹਾਊਸ। ਹੋਪ ਸੋ ਸਾਰੇ ਵਿਊਅਰਸ ਬਹੁਤ ਵਧੀਆ ਹੋਣਗੇ ਜੀ। ਅੱਜ ਆਪਾਂ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਪਿੰਡ ਵਾਲੇ ਮੱਥਾ ਟੇਕਣ। ਵੈਸੇ ਆਪਾਂ ਰੋਜ਼ ਹੀ ਜਾਂਦੇ ਹਾਂ, ਅੱਜ ਅਸੀਂ ਇਸ ਮੈਸੇਜ ਵਿੱਚ ਵੀਡੀਓ ਬਣਾ ਲੈਂਦੇ ਹਾਂ ਅੱਜ। ਮੈਂ ਵੀਡੀਓ ਬਣਾ ਲਿਆਉਂਗੀ, ਠੀਕ ਹੈ ਜਾ ਕੇ। ਬਸ ਆ ਕੇ ਕਰਦੇ ਆ ਕੰਮ ਕਰ ਸਾਰੇ। ਚਲੋ ਜੀ ਚੱਲੀਏ। ਆਪਾਂ ਨੇ ਲਿਆ ਕੁੱਕਰ, ਸਾਰੀ ਚੀਜ਼ ਮਿਲਦੀ ਹੈ ਇੱਥੇ। ਸਟੀਲ ਦੇ ਭਾਂਡੇ ਵੀ ਨੇ ਅਤੇ ਪਲਾਸਟਿਕ ਦੇ ਵੀ ਨੇ, ਬਰਤਨ ਜਿਹੜਾ ਮਰਜ਼ੀ, ਕੱਪ ਵਗੈਰਾ, ਫੈਂਸੀ ਵੀ ਬਹੁਤ ਵਧੀਆ ਚੀਜ਼ਾਂ ਨੇ ਸਾਰੀਆਂ। ਅੱਗੇ ਨਾ ਚਪਾਉਂਦੇ ਸੀ ਚਾਰ ਵਗੈਰਾ, ਹੋਰ ਆ ਚੀਨੀ ਦੇ ਭਾਂਡੇ ਕਹਿੰਦੇ ਸੀ ਅੱਗੇ ਇਹਨਾਂ ਨੂੰ। ਬਹੁਤ ਵੱਡੀ ਦੁਕਾਨ ਆ, ਜਾ ਕੇ ਅੱਗੇ ਜਾ ਕੇ ਪਿੱਛੇ ਚੀਜ਼ ਸਮਾਨ ਲਿਆ ਸੀਗਾ, ਆ ਪਿਆ ਘਰ ਜਾ ਕੇ ਦਿਖਾਵਾਂਗੇ। ਚਲੋ ਜੀ ਹੁਣ ਚੱਲਦੇ ਘਰ। ਛੋਲੇ ਮਸਾਲਾ ਭੁੰਨ ਰਹੇ ਹਾਂ, ਗਰਮੀ ਬਹੁਤ ਹੈ, ਗਰਮੀ ਬਹੁਤ ਆ, ਉਹਦੇ ਬਿਨਾਂ ਵਧੀਆ ਨਹੀਂ ਬਣਦੀ। ਪਟਿਆਲੇ ਤਾਂ ਮੀਂਹ ਪੈ ਰਿਹਾ ਸੀ, ਕਿਉਂ ਪਿਆ ਇੱਥੇ ਮਾੜਾ ਮਾੜਾ ਪਈ ਨਹੀਂ ਦੇ ਫੜੀ, ਮੈਂ ਦੇਖ ਕੇ ਲਿਆਉਣਾ। ਓਕੇ ਤਾਂ ਲੱਗ ਤਾਂ ਗਏ ਹੁਣ। ਮੌਸਮ ਦੇਖੋ, ਕੱਲ੍ਹ ਰਾਤੀ ਸਾਰੀ ਰਾਤ ਲਾਈਟ ਨਹੀਂ ਆਈ ਹੈਗੀ, ਸੋਲਰ ਨਾਲ ਕੱਟਿਆ ਮਸਾਂ ਹੈ। ਤੜਕਾ ਤਾਂ ਲਾ ਲਿਆ, ਆਪਾਂ ਦੇਖਦੇ ਅੱਜ ਮੋਹਣ ਕੀ ਲੈ ਕੇ ਆਏ ਨੇ ਸਮਾਨ। ਮੈਂ ਤਾਂ ਘਰੀ ਸੀਗੀ, ਲੈਟ ਇਹ ਹੈਗੀ, ਹਾਏ ਰੱਬਾ। ਤਾਂ ਕੁੱਕਰ ਲਿਆਂਦਾ, ਆ ਗਈ ਆ ਗਈ ਆ ਗਈ, ਅੰਦਰ ਲੈ ਜਾ ਸਾਰਾ ਸਮਾਨ ਜੀ। ਚਲੋ ਆਪਾਂ ਅੰਦਰ ਚੱਕ ਸਾਰਾ ਸਮਾਨ ਦੇਖਦੇ ਕੀ ਕੁਛ ਲੈ ਕੇ ਆਏ ਨੇ।
ਮੈਨੂੰ ਇਹ ਬਹੁਤ ਵਧੀਆ ਲੱਗਦਾ ਕੰਮ ਕਰਨਾ, ਸਮਾਨ ਦੇਖਣਾ ਵੀ ਕੀ ਕੁਛ ਲਿਆਂਦਾ। ਸੋ ਮੈਂ ਪਹਿਲਾਂ ਸਾਰਾ ਸਮਾਨ ਅੰਦਰ ਰੱਖ ਲਿਆ, ਫਿਰ ਆਪਾਂ ਵੀਡੀਓ ਬਣਾਉਂਦੇ ਹਾਂ। ਲਓ ਜੀ, ਸਮਾਨ ਸਾਰਾ ਮੈਂ ਅੰਦਰ ਰੱਖਤਾ ਸੀਗਾ। ਬਾਕੀ ਮੰਮਾ ਕਹਿੰਦੇ ਪਹਿਲਾਂ ਆਪਾਂ ਇੱਧਰ ਭਾਬੀ ਹੋਣਾਂ ਦੇ ਜਾ ਕੇ ਆਉਂਦੇ ਹਾਂ, ਵੀ ਫਿਰ ਆ ਕੇ ਆਪਾਂ ਸਮਾਨ ਦਿਖਾਉਂਦੇ ਹਾਂ। ਇੱਧਰ ਮੈਂ ਆਪਣੀ ਦਾਲ ਦੇਖਾਂ, ਹਾਂ ਰਿੱਚ ਰਹੀ ਆ। ਬਸ ਪਹਿਲਾਂ ਵੀ ਮੈਂ ਕੜਛੀ ਫੇਰ ਕੇ ਗਈ ਸੀਗੀ, ਪਰ ਪਹਿਲਾਂ ਆਪਾਂ ਭਾਬੀ ਹੋਣਾਂ ਦੇ ਜਾ ਕੇ ਆਉਂਦੇ ਹਾਂ। ਜਮਾਂ ਹਵਾ ਨਹੀਂ ਚੱਲ ਰਹੀ, ਮੈਨੂੰ ਲੱਗਦਾ ਰਾਤ ਨੂੰ ਮੀਂਹ ਆਊਗਾ। ਇੱਕ ਕੱਟ ਬਹੁਤ ਲੱਗ ਰਹੇ ਨੇ ਬਿਜਲੀ ਦੇ। ਚਲੋ ਇੱਧਰ ਭਾਬੀ ਹੋਣਾਂ ਜਾ ਕੇ ਆਉਂਦੇ ਹਾਂ। ਹੋਰ ਰਵੀਰ ਵੀ ਰਹਿਣੋ ਹੈ ਨਾ, ਫਿਰ ਉੱਥੇ ਚਲੇ ਗਿਆ ਤੀ, ਬੰਬੇ ਚਲੇ ਗਿਆ ਤੀ। ਬੰਬੇ ਤੋਂ ਸਵੇਰੇ 4 ਵਜੇ ਦੀ ਫਲਾਈਟ। ਆਪਕੀ ਛੋਰੀ ਬਈ ਆਈ ਹੋਈ ਨਹੀਂ ਅੱਜ ਤਾਂ ਪੜ੍ਹਨ ਵਾਸਤੇ? ਉਹ ਵਿਚਾਰੀ ਰਾਤ ਸਾਰੀ ਰਾਤ ਨਹੀਂ ਤੂੰ ਸੁੱਤੀ, ਆ ਪਈ ਆ ਸੁੱਤੀ। ਦੇਖੀ ਫਿਰ ਮੈਂ ਕਿਹਾ ਚਲ ਸੌ ਲੂਗੀ, ਫਿਰ ਹਾਂ ਕੋਈ ਨਾ, ਚੱਲ ਕੁਛ ਨਹੀਂ ਹੁੰਦਾ ਜੀ। ਉਧਰ ਆਇਆ ਪੀ ਜਾ ਕੇ ਇੱਕ ਰੁਪਏ ਚ ਪਈ ਨਾ ਰਾਤ, ਫਿਰ ਉੱਠ ਕੇ ਬੈਠ ਗਏ ਜੀ ਡੈਡੀ ਨੂੰ ਆਉਂਦੇ ਮੰਮਾ। ਹਾਏ ਉਹ ਤਾਂ ਲੱਗ ਦੀ ਆਉਂਦੀ, ਹੋਰ 10 ਵਜੇ ਕਹਿੰਦਾ ਤੇ ਕਹਿੰਦਾ ਛੁੱਟੀ ਮਰਾ ਦਿੰਨੇ ਆ ਜੀ, ਤਾਂ ਵੀ ਰਾਤ ਸਾਰਾ ਮਾਂ ਦਰਸ਼ਨ ਇਹਨਾਂ ਦਿਨ ਚ ਟਿਕਣਾ ਨੇ ਆ ਕੇ ਸੌ। ਉਹੀ ਗੱਲ ਹੋਈ ਫੋਨ ਕਰਤਾ, ਜਦੇ ਘਰਦੇ ਆ ਗਏ ਜਦੇ ਹੋਸਪਿਟਲ ਚ ਲੈ ਗਏ, ਕਹਿੰਦੇ ਚੱਕ ਕੇ ਹੋਸਪਿਟਲ ਵਾਲੇ ਨੇ ICU ਚ ਰੱਖਤਾ ਮੁੰਡਾ, ਬੁਖਾਰ ਬਹੁਤ ਜ਼ਿਆਦਾ ਬੁਖਾਰ ਸੀਗਾ, ਕਹਿੰਦੇ 108 107 ਬੁਖਾਰ, ਤੇ 2 ਦਿਨ ਰਿਹਾ ਮੁੰਡਾ ਠੀਕ ਹੋ ਗਿਆ। ਉਹਨਾਂ ਨੇ ਛੁੱਟੀ ਕਰਕੇ ਘਰੇ ਆ ਗਏ ਕੱਲ੍ਹ ਦੀ ਗੱਲ ਆ, ਘਰੇ ਕੱਲ੍ਹ ਛੁੱਟੀ ਕਰਕੇ ਆ ਗਏ, ਘਰੇ ਆ ਕੇ ਕਹਿੰਦੇ ਫਿਰ ਉਨਾ ਹੀ ਤੇਜ਼ ਬੁਖਾਰ ਹੋ ਗਿਆ ਮੁੰਡੇ ਨੂੰ, ਵਾਪਸ ਫਿਰ ਲਿਜਾਣ ਲੱਗੇ ਹੋਸਪਿਟਲ ਤਾਂ ਪਹੁੰਚੇ ਨਹੀਂ, ਰਾਹ 'ਚ ਮੁੰਡਾ ਪੂਰਾ ਹੋ ਗਿਆ। ਹਾਂ ਜੀ ਨਹੀਂ, ਉਹ ਰਾਜਪੁਰੇ ਕੋਲ ਕੋਈ ਪਿੰਡ ਹੋਊਗਾ ਉੱਥੇ, ਅਸ਼ਨੀਤ ਉਹਨਾਂ ਦੇ ਸਕੂਲ 'ਚ ਸੀਗਾ। ਹੁਣ ਕਹਿੰਦੀ ਮੈਡਮਾਂ ਨੇ ਕਿਹਾ ਵੀ ਸਾਰੇ ਬੱਚਿਆਂ ਨੇ ਜਾਂ ਤਾਂ ਗਲੂਕੋਸ ਜਾਂ ਕਚੀਰਾ ਗੁੰਦ ਪਾ ਕੇ ਸਤੰਜਮੀ ਬੋਤਲਾਂ 'ਚ ਉਹ ਲੈ ਕੇ ਆਉਣੀਆਂ, 10 ਵਜੇ ਤੱਕ ਉਹ ਬੋਤਲਾਂ ਖਾਣੀਆਂ ਕਰਦੀਆਂ ਨੇ, ਉਹ ਤੋਂ ਬਾਅਦ ਫਿਰ ਸਕੂਲ 'ਚ ਵਾਟਰ ਕੂਲਰ ਵਿੱਚ ਪਾਣੀ ਪਾਓ। ਮਾਂ ਇਹ ਵੀ ਜਦ ਕੋਈ ਉਹ ਹੋ ਜਾਂਦਾ ਫਿਰ ਐਕਸ਼ਨ ਚੱਕਦੀਆਂ। ਨਹੀਂ ਤਾਂ ਹਰੇਕ ਸਕੂਲ 'ਚ ਚਾਹੀਦਾ ਵੀ ਠੰਡਾ ਪਾਣੀ ਹੋਵੇ ਇੱਕ ਤਾਂ, ਉਹਨਾਂ ਵਿੱਚ ਵੀ ਲੱਗ ਗਿਆ ਬਹੁਤ ਠੰਡਾ। ਹਾਂ ਜ਼ਰੂਰੀ ਹੈ ਤਾਂ ਬਹੁਤ। ਇਹ ਕਹਿੰਦੇ ਏਸੀ ਵੀ ਨਹੀਂ ਲੱਗੇ ਹਜੇ ਅਮਨ, ਉਹਨਾਂ ਨੇ ਚ ਲੱਗ ਰਹੇ ਨੇ ਪੈਸੇ ਵਾਪਸ ਕਰਤੇ। ਹੁਣ ਬੱਚਿਆਂ ਨੇ ਕਰਾ ਲਏ, ਉਹ ਕਹਿੰਦੇ ਵੀ ਗਰਮੀ ਤਾਂ ਲੰਘ ਗਈ ਹੁਣ ਕੀ ਕਰਾਂਗੇ ਅਸੀਂ, ਲੈ ਹਲੇ ਲੱਗਦਾ ਲਗਾਉਂਦੇ ਵੀ ਨਾ ਫੇਰ ਲਾ ਦੇਣਾ ਸੀ ਉਹਨਾਂ ਨੇ, ਇੰਨੇ ਗਰਮੀ ਲੰਘ ਗਈ ਬਸ ਮੈਂ ਬਾਮਾ ਦੱਸ ਤੈਨੂੰ ਆਪਸ਼ਨ ਦੇ ਰਹੀ ਹਾਂ ਐਡੀ ਵੱਡੀ, ਮੈਂ ਬਾਮਾ ਵਾਲ ਲੈਣ ਦੇ, ਫਿਰ ਕੀ ਹੁੰਦਾ ਵਾਲੂ, ਉਹ ਵੀ ਤਾਂ ਕਰਕੇ ਹੀ ਸੀਗੀ ਵਾਲਾ, ਦੱਸ ਇੱਕ ਕਿਹੜੇ ਦੇ ਲੈਣ ਦੇ, ਵੱਧ ਨਹੀਂ ਦਿੰਦੀ।
ਦੱਸਦੀ ਕਿਵੇਂ ਪਾਣਾ, ਮੈਂ ਉਵੇਂ ਪਾ ਦੂੰਗੀ। ਹੈਂ ਨਹੀਂ ਨਹੀਂ ਬੁੱਢੇ, ਤੂੰ ਤਾਂ ਤੋੜ ਦੇ ਤੂੰ ਤਾਂ। ਆਈ ਨਹੀਂ ਤੋੜਦੀ ਮੈਂ। ਉਹ ਕਿੱਕੀ ਫਿਰਦੀ ਆ। ਸ਼ਾਮ ਦਾ ਟਾਈਮ ਆ ਤੇ ਹੁਣ ਆਪਾਂ ਦਿਖਾਉਂਦੇ ਹਾਂ ਸਾਰਾ ਸਮਾਨ। 7 ਵੱਜ ਗਏ। ਅੱਜ ਤਰੀਕ ਹੈਗੀ ਆ 31। ਅੱਜ ਮੇਰਾ ਭਾਈ ਗਿਆ ਸੀ ਬਾਹਰ, ਹਾਂ ਨਾਲੇ ਨਾ ਦਿਖਦੇ ਨੇ ਅੰਦਰ ਕੀ ਆ ਕੀ ਸਮਾਨ ਆ। ਸੁੱਕੀਆਂ ਦਾਣਾ ਤਾਂ ਐਵੇਂ ਦਿਖ ਰਿਹਾ ਜੀ, ਵਾਈਟ ਆ ਤਾਂ ਹੈਗਾ ਇਹ। ਹਾਂਜੀ ਨਾਲੇ ਵਿੱਚ ਇਹਨਾਂ ਦੇ ਚਮਚੇ ਨੇ, ਸੀਲਡ ਨੇ ਵਿੱਚ ਭਲਾ ਲਈ, ਚੱਕ ਲਈ ਇੱਕ ਛੋਟੀਆਂ ਅਸੀਂ ਜਾਂ ਡੱਬੀਆਂ ਚੱਕ ਲਈ ਆ ਫੇਰ ਲਿਆਂਦੀਆਂ ਮੈਂ ਜੂਨ ਲੈ ਚੇ ਦੂਜੀਆਂ ਪੈਣ ਨੂੰ ਦੋ। ਠੀਕ ਹੈ ਇੱਕ ਹੋਰ ਚੀਜ਼ ਲੈ ਕੇ, ਇੱਕ ਲੈ ਕੇ ਆ ਹੋਰ ਚੀਜ਼ ਕਿਆ ਜੋ ਕਿ ਨਵੇਂ ਮਾਡਲ ਦੀ ਆ। ਹਾਂ ਕੀ ਲੈ ਕੇ ਆਏ, ਮੈਂ ਵੀ ਨਹੀਂ ਸੱਚ ਸਮਾਨ ਦੇਖਿਆ ਹੈਗਾ। ਆ ਕੀ ਆ ਕਿੰਨਾ ਸੋਹਣਾ ਇਹਨਾਂ ਉਹ ਟਿਸ਼ੂ ਪੇਪਰ ਆ ਉੱਥੇ ਫਿਰ ਟਿਸ਼ੂ ਪੇਪਰ ਰੱਖਣ ਲਈ ਕਿੰਨੀ ਸੋਹਣੀ। ਇਹਦੇ ਵਿੱਚ ਕੀ ਆ, ਪਾਣੀ ਪਾਇਆ ਹੁੰਦਾ ਕਿ ਕੋਈ ਲਿਕੁਇਡ ਆ ਕੀ? ਇਹ ਤਾਂ ਐਨਾ ਜਿਵੇਂ ਟੁੱਟਿਆ ਹੋਵੇ, ਉਹ ਡਿਜ਼ਾਈਨ ਹੈ ਵਿੱਚ ਇਹ ਜਿਹੇ ਪੱਤਾ ਜਿਵੇਂ ਪੱਤੇ ਜਿਹੇ ਬਣੇ, ਹੁਣ ਟਾਣੀਆਂ ਜਿਹੀਆਂ ਬਣੀਆਂ ਹੋਈਆਂ ਨੇ। ਇਹਨੂੰ ਸ਼ੀਸ਼ੇ ਵਾਲੇ ਮੇਜ਼ ਤੇ ਰੱਖ ਦੇ ਤੇ ਵਿੱਚ ਟਿਸ਼ੂ ਪਾ ਕੇ। ਹਾਂਜੀ ਹਾਂ ਉਹ ਕੁੱਕਰ ਦਿਖਾਈਏ ਨਵੇਂ ਡਿਜ਼ਾਈਨ ਦਾ। ਹਾਂ ਕੁੱਕਰ, ਅੱਛਾ ਹਾਂ ਇਹ ਕੁੱਕਰ ਲਿਆਂਦਾ। ਤੁਹਾਨੂੰ ਬਾਅਦ ਚ ਕੀ ਚੀਜ਼ਾਂ, ਪਹਿਲਾਂ ਤੁਹਾਨੂੰ ਦਿਖਾਉਂਦੇ ਕੁੱਕਰ, ਪ੍ਰੈਸ਼ਰ ਕੁੱਕਰ 5 ਲੀਟਰ ਦਾ, 5 ਲੀਟਰ ਦਾ ਵਧੀਆ ਚੀਜ਼ ਆ। ਉਹ ਦੂਜਿਆਂ ਨਾਲੋਂ ਕਿੰਨਾ ਵਧੀਆ ਜਿਹੜਾ ਆਪਣਾ ਵਰਗਾ। ਹਾਂਜੀ ਯਾਰ ਉਹ ਗੋਲ ਗੋਲ ਘੁਮਾਈ ਜਾ ਘੁੰਮਦਾ ਹੈ ਨੀ, ਫਸਦਾ ਹੈ ਨੀ, ਫਿਰ ਉਹਦੀ ਰਫਟ ਖਰਾਬ ਹੋ ਜਾਂਦੀ ਆ। ਹਾਂਜੀ ਆ ਕੀ ਆ, ਇਹਦਾ ਢੱਕਣ ਆ, ਇਹ ਢੱਕਣ, ਇਹ ਕੁੱਕਰ ਵੀ ਬਣ ਗਿਆ। ਆ ਢੱਕਣ ਨੂੰ ਪਰੇ ਰੱਖ ਦੋ ਸੰਭਾਲ ਕੇ। ਹਾਂ ਇਹਨੂੰ ਐ ਦੇ ਦੋ, ਇਹ ਭਾਫ ਵਾਲੇ, ਇਹ ਵਧੀਆ ਕੁੱਕਰ ਹੈ ਸੱਚੀ, ਇਹ ਵਧੀਆ ਕੁੱਕਰ ਹੈ, ਕਿੰਨਾ ਵਧੀਆ ਕੁੱਕਰ ਹੈ। ਇਹ ਪਤੀਲਾ ਬਣ ਗਿਆ, ਇਹ ਪਤੀਲਾ ਬਣ ਗਿਆ, ਆ ਨਾਲ ਜਿਹੜੀ ਮਾੜੀ ਮਾੜੀ ਭਾਫ ਇਹਦੇ ਵਿੱਚੋਂ ਨਿਕਲੀ ਜਾਊਗੀ। ਜਿਵੇਂ ਚੌਲ ਕਈ ਵਾਰ, ਕਿੰਨਾ ਵਧੀਆ ਕੁੱਕਰ ਆ, ਕਈ ਵਾਰ ਚੌਲ ਬਣਾਵੇ ਘੱਟ ਸਟੀਮ ਚ ਬਣ ਜਾਂਦੇ ਨੇ। ਕੀ ਬਾਤ ਹੈ, ਇਹ ਬਹੁਤ ਵਧੀਆ ਚੀਜ਼ ਆ।
ਪ੍ਰੈਸ ਟੂ ਓਪਨ ਹੋਰ ਦਿਖਾਉਣਾ ਵਿੱਚ ਹੋਰ ਚੀਜ਼ ਆ ਇਹਨੂੰ ਪ੍ਰੈਸ ਕਰਾਂਗੇ ਤਾਂ ਉਹ ਖੁੱਲੂਗਾ ਜੇ ਕੋਈ ਚੀਜ਼ ਵਾਲ ਨੂੰ ਵਿੱਚ ਰੱਖ ਕੇ ਅੱਛਾ ਇਹ ਹੁਣ ਇਹਦੇ ਵਿੱਚ ਰੱਖ ਕੇ ਜਿਵੇਂ ਕੋਈ ਸਟੀਮ ਨਾਲ ਚੀਜ਼ ਬਣਾਉਣੀ ਆ ਹਾਂਜੀ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਹਾਂ ਉੱਪਰ ਇਹਦੇ ਐ ਰੱਖ ਦੇ ਤਾਂ ਐ ਰੱਖਦੇ ਨੇ ਕਿਵੇਂ ਰੱਖਦੇ ਨੇ ਇਹ ਤਾਂ ਮੈਨੂੰ ਪੱਕਾ ਪਤਾ ਨਹੀਂ ਹੈਗਾ ਐ ਹੁੰਦੇ ਹੀ ਹੁੰਦੇ ਮੈਂ ਉਹ ਵੀਰੇ ਟਾਈਮ ਵੀ ਮੈਂ ਕਿਹਾ ਸੀ ਨਾ ਐਵੇਂ ਹੁੰਦੀ ਹੈ ਅਗਰ ਵੀ ਰੱਖ ਦੋ ਬਸ ਉਹ ਫਿਰ ਥੱਲੇ ਹੀ ਲਾ ਦਿਓ ਭਾਫ ਨਾਲੇ ਬਣ ਜਾਂਦੀ ਆ ਇਹ ਹੁਣ ਤੁਹਾਨੂੰ ਦਿਖਾਉਂਦੇ ਆ ਸੀਟੀ ਇਹ ਸੀਟੀ ਮੈਂ ਵੀ ਕਾਪੀ ਜੀ ਆਪਾਂ ਹੀ ਦੱਸਾਂਗੇ ਇਹ ਆ ਸੀਟੀ ਇਹ ਵੀ ਖੋਲ ਕੇ ਦੇਖੇ ਦੇਖ ਲਓ ਕੁੱਕਰ ਬਹੁਤ ਮੈਂ ਫਸਟ ਕਲਾਸ ਆ ਚੀਜ਼ ਵਧੀਆ ਲੱਗੀ ਮੈਨੂੰ ਮੈਂ ਤਾਂ ਭਾਰੀ ਦੇ ਕਿੰਨੀ ਹਾਂ ਇਹ ਕੋਈ ਸੀਟੀ ਜਾਂਦੀ ਖਾਸ ਭਾਰੀ ਆ ਇਹ ਸਾਫ਼ ਕਰ ਲਿਆ ਕਰਨਗੇ ਵੀਰੇ ਹੁਣੀ ਭਾਰੀ ਬਹੁਤ ਹਾਂ ਸੀਟੀ ਬਹੁਤ ਵਧੀਆ ਬਹੁਤ ਘੈਂਟ ਆ ਸੀਟੀ ਬਹੁਤ ਵਧੀਆ ਹੈ ਇਹਦੀ ਕਾਪੀ ਜੀ ਇਹਦੀ ਕਾਪੀ ਕੁੱਕਰ ਬਹੁਤ ਵਧੀਆ ਯਾਰ ਸੱਚੀ ਕੁੱਕਰ ਬੜਾ ਘੈਂਟ ਆ ਇੰਪੋਰਟੈਂਟ ਇੰਸਟਰਕਸ਼ਨ ਪ੍ਰੈਸ ਦੇ ਰਹੇ ਸਾਰਿਆਂ ਨੂੰ ਇਹ ਠੀਕ ਹੈ ਜੀ ਜ਼ਰੂਰ ਨਿਆਣਾ ਪਤਾ ਕੀ ਆ ਉਹ ਪਰਾਂ ਇਹਨੂੰ ਸਾਈਡ ਤੇ ਰੱਖ ਦੋ ਆ ਚੱਕ ਲਈਏ ਜਿਹੜਾ ਸਾਡੇ ਵਾਲਾ ਕੁੱਕਰ ਉਹਦੇ ਤਾਂ ਇੱਕ ਲਾਲ ਜਾ ਜਾਂਦਾ ਉੱਪਰ ਵੀ ਹੁਣ ਗੈਸ ਭਰ ਗਈ ਹੈਗਾ ਉਹ ਵੀ ਇਹ ਬਹੁਤ ਵਧੀਆ ਇਹ ਚੀਜ਼ ਨਾਲ ਮਤਲਬ ਵੀ ਭਾਫ਼ ਹੈਗੀ ਆ ਭਾਫ਼ ਨਹੀਂ ਹੈਗੀ ਮੈਨੂੰ ਬਹੁਤ ਸੋਹਣਾ ਲੱਗਿਆ ਲੋ ਜੀ ਮੈਂ ਸਾਰਾ ਸਮਾਨ ਇੱਧਰ ਲਿਆ ਕੇ ਰੱਖਤਾ ਬਸ ਹੁਣ ਆਪਾਂ ਕਰਦੇ ਜੀ ਆਪਣੀ ਵੀਡੀਓ ਨੂੰ ਐਂਡ ਹਨੇਰਾ ਖਾਸਾ ਹੋ ਕੇ ਬੱਦਲਬਾਈ ਜੀ ਹੋਈ ਹੋਈ ਆ ਲੱਗਦਾ ਵੀ ਰਾਤ ਨੂੰ ਮੀਂਹ ਕਣੀ ਪਊਗੀ ਸਾਡੇ ਨਾ ਦੋ ਵਾਰ ਬੀਬੀ ਨੂੰ ਸੱਪ ਦਿਖਿਆ ਪਤਾ ਕਿੱਥੇ ਸੀ ਆ ਉਰੇ ਇੱਕ ਦਿਨ ਤਾਂ ਵਾਸ਼ਰੂਮ ਦੇ ਬਾਹਰ ਸੀਗਾ ਉਰੇ ਅਤੇ ਇੱਕ ਦਿਨ ਅੰਦਰ ਸੀਗਾ ਮੈਂ ਵੀ ਉਦਣ ਆ ਨੀਚੋਂ ਸਾਰਾ ਸਮਾਨ ਜਿਹਾ ਚੱਕਰ ਲੱਕੜ ਲੁੱਕੜ ਜਿਹੀ ਪਈ ਸੀ ਕਾਫੀ ਚਲੋ ਜੀ ਹੁਣ ਆਪਾਂ ਕਰਦੇ ਆਪਣੀ ਵੀਡੀਓ ਨੂੰ ਇੱਥੇ ਹੀ ਐਂਡ ਸੋ ਹੁਣ ਆਪਾਂ ਮਿਲਦੇ ਹਾਂ ਨੈਕਸਟ ਵਲੌਗ 'ਚ